असलम उम्मीद करीं खैर वफियत ना सो अज इस छोटे जे विग बी अहम गल थोड़े शेयर करा लगा जड़ा है उसका टाइटल यह है, है कि सोलर टूवैल उत्तर जी फसल काश्त की उसका रिजल्ट नहीं होता जो बल बोते थे, मतलब डीजल वगैरह उत्ते फसल काश्त करी दे तो उसका जो रिजल्ट होता ये कुलिया हर जगह तो इको जहा नहीं लेकिन अक्सर औकात आम जबान इस लफ्ज इस्तेमाल करी कि सोलर टूवेल का जो फसल होती है इतनी ਪੈਦਾਵਾਰ ਨਹੀਂ ਅੱਛੀ ਹੁੰਦੀ ਦੂਜੀ ਫਸਲ ਦੀ ਨਿਸਬਤ ਇਸ ਦੀ ਦੋ ਜਿਹੜੇ ਨਾ ਵਜੂਹਾਂ ਤਾਂ ਮੇਰੇ ਜ਼ਿਹਨ ਨੇ ਚਾਹੀਆਂ ਇਖਤਲਾਫ ਹੈ ਰਾਇ ਤੂੰ ਸਰਖ ਸਕਦੇ ਵੇ ਮੈਂ ਇਸ ਟਾਈਮ ਜੀ ਜਗ੍ਹਾ ਤੇ ਮੌਜੂਦ ਹਾਂ ਇਹ ਪਿੱਛੇ ਤੁਸੀਂ ਘਾਹ ਚੈੱਕ ਕਰੀਂਦੇ ਪਏ ਇਹ ਅਸਾਂ ਕਾਸ਼ਤ ਕੀਤਾ ਹੈ ਇਹਦੀ ਉਮਰ ਅਜ ਤੂੰ ਤਕਰੀਬਨ 2 ਮਾਹ ਪਹਿਲੇ ਅਸਾਂ ਕਾਸ਼ਤ ਕੀਤਾ ਇਸ ਨੂੰ ਪੰਜ ਪਾਣੀ ਤਰਾਇ ਬਾਰਿਸ਼ਾਂ ਵੀ ਦੌਰਾਨ ਚ ਆ ਗਈਆਂ ਤਾਂ ਜਿਹਨੀ 8 ਹੋ ਗਏ ਦੋ ਖਾਦਾਂ ਵੀ ਲੱਗੀਆਂ ਪਈਆਂ ਲੇਕਿਨ ਕਦ ਤੁਸੀਂ ਖੁਦ ਚੈੱਕ ਕਰ ਸਕਦੇ ਵੇ ਇਸ ਨੂੰ ਅਸਾਂ ਸੋਲਰ ਪਾਣੀ ਲੈਣੇ ਸੋਲਰ 12 ਦਾ ਪਾਣੀ ਲੱਗਦਾ ਹੈ ਪਹਿਲੀ وجہ ਮੇਰੇ ਜ਼ਿਆਨੇ ਛੇ ਆਈਏ ਕਿਉਂਕਿ ਪਾਣੀ ਇੱਕ ਅੱਲਾਹ ਤਾਲਾ ਦੀ ਨੇਮਤ ਹੈ। ਔਰ ਨੇਮਤ ਨੂੰ ਜ਼ਾਇਆ ਕਰਨਾ ਇਹ ਇੱਕ ਬਹੁਤ ਬੜੀ ਨਾਸ਼ੁਕਰੀ ਹੈ। ਤਾਂ 16 12 ਕਿਉਂਕਿ ਸਾਰਾ ਘਾਰੇ ਚ ਜਿਸ ਟਾਈਮ ਇੱਕ ਬੰਦੇ ਨੂੰ ਧਾਵਣ ਦੀ ਜ਼ਰੂਰਤ ਮਹਿਸੂਸ ਕੀਤੀ ਦੀ ਹੈ, ਜਾਨਵਰ ਪਿਲਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਦੀ ਹੈ ਜਾਂ ਜਾਨਵਰ ਨੂੰ ਧਵਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਦੀ। ਮਤਲਬ ਥੋੜਾ ਜਿਹਾ ਪਾਣੀ ਜ਼ਰੂਰਤ ਹੋਵੇ ਉੱਥੇ ਟਨਾਂ ਦੇ ਹਿਸਾਬ ਦੇ ਉਤੇ ਪਾਣੀ ਵੇਸਥੀਦਾ ਹੈ। ਜਿਸ ਟਾਈਮ ਪਾਣੀ ਇਤਨਾ ਜ਼ਿਆਦਾ ਵੇਸਥੀਦਾ ਹੈ ਤਾਂ ਅੱਲਾਹ ਤਾਲਾ ਦੀ ਬੇਬਰਕਤੀ ਦੀ وجہ ਤੋਂ वो जी फसल होंगी फसल इतनी अच्छी नहीं होंगी जिड़ी फसल अपने बल बोते दोते, मतलब डीजल वगैरह के उ काश्त करी क्योंकि डीजल वाली फसल फसलों जोड़ा पानी लेने वो एक मखसूस मकदार असर लैने और एक जरूरत दे टू असर ले ਔਰ ਸੋਲਰ 12 ਦੇ ਤੇ ਜਿਹੜਾ ਟਵਾਇਲ ਹੁੰਦਾ ਉਸ ਨੂੰ ਅਸਾਂ ਜਿਸ ਵਕਤ ਜ਼ਰੂਰਤ ਨਾ ਹੀ ਹੋਵੇ ਤਾਂ ਅਸਾਂ ਪਾਣੀ ਲਾ ਦਿੰਨੇ ਜ਼ਰੂਰਤ ਤੋਂ ਬਗੈਰ ਵੀ ਅਸਾਂ ਉਸ ਨੂੰ ਚਲਾ ਦਿੰਨੇ ਤੇ ਬੇਬਰਕਤੀ ਦੀ ਵਜ੍ਹਾ ਪਹਿਲੀ ਮੈਡੀ ਆਪਣੀ ਜ਼ਾਤੀ ਇਹ ਨਜ਼ਰੀਆ ਇਹ ਕਿ ਬੇਬਰਕਤੀ ਦੀ ਵਜ੍ਹਾ ਤੋਂ ਉਹ ਫਸਲ ਇਤਨੀ ਅੱਛੀ ਨਹੀਂ ਥੀ ਦੀ ਇਹ ਪਿੱਛੇ ਤੋਂ ਕਲਰ ਖੁਦ ਚੈੱਕ ਕਰ ਸਕਦੇ ਵੇ ਦੂਜੀ ਕਿ ਸੋਲਰ 12 ਦਾ ਜਿਹੜਾ ਪਾਣੀ ਲੱਗਦਾ ਉਹ ਫਕਤ ਦੁਪਹਿਰ ਟਾਈਮ ਜ਼ਿਆਦਾ ਲੱਗਦਾ ਕਈ ਫਸਲ ਨੂੰ ਦੁਪਹਿਰ ਟਾਈਮ ਜਿਹੜੇ ਪਾਣੀ ਤੁਸੀਂ ਲੈਂਦੇ ਹੋ ਤਾਂ ਉਸ ਦਾ ਉਤਨਾ ਰਿਜ਼ਲਟ ਅੱਛਾ ਨਹੀਂ ਮਿਲਦਾ ਜਿੰਨਾ ਤੁਸੀਂ ਸੈਕਿੰਡ ਟਾਈਮ ਜਾਂ ਰਾਤ ਦੇ ਵਕਤ ਜਾਂ ਸਵੇਰ ਜਲਦੀ ਜਲਦੀ ਪਾਣੀ ਲੈਂਦੇ ਹੋ ਉਸ ਪਾਣੀ ਦੇ ਔਰ ਦੁਪਹਿਰ ਦੇ ਵਕਤ ਜਿਹੜਾ ਪਾਣੀ ਲੱਗਦਾ ਉਸ ਪਾਣੀ ਦੇ ਦਰਮਿਆਨ ਬੜਾ ਡਿਫਰੈਂਸ ਹੁੰਦਾ ਹੈ ਉਹਨਾਂ ਦੇ ਰਿਜ਼ਲਟ ਵਿੱਚ ਕਾਫੀ ਸਾਰਾ ਡਿਫਰੈਂਸ ਹੁੰਦਾ ਹੈ ਔਰ ਜਿਸ ਜਗ੍ਹਾ ਉੱਤੇ ਮਤਲਬ ਫਸਲ ਨੂੰ ਸਪੰਜ ਪਾਣੀ ਲਾਉਣੇ ਤਾਂ 16 ਟੂ 12 ਤੇ ਸੋ ਉੱਤੇ 8 ਲਾੜੀ ਨੇ ਜਿੱਥੇ 8 ਜ਼ਰੂਰਤ ਹੁੰਦੀ ਉਹਨਾਂ ਉੱਤੇ 15 ਲਾੜੀ ਨੇ ਜਿੱਥੇ 15 ਜ਼ਰੂਰਤ ਹੁੰਦੀ ਉਹਨ ਇਹ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਸ਼ਾਇਦ ਇਹ وجہ ਹੈ ਕਿ 16 12 ਦਾ ਜਿਹੜਾ ਰਿਜ਼ਲਟ ਹੁੰਦਾ ਹੈ ਉਹ ਡੀਜ਼ਲ 12 ਦੀ ਨਿਸ਼ਬਤ ਬੜਾ ਲੋ ਹੁੰਦਾ ਹੈ ਜਿਸ ਦੀ وجہ ਤੋਂ ਐਸਆਈਸੀ ਜਗ੍ਹਾ ਤੇ ਪਹਿਲੇ ਡੀਜ਼ਲ ਤੇ ਕਾਸ਼ ਕਰੀਂ ਲਿਆ ਸੀ ਯਕੀਨ ਮਨੋ ਦੋ ਮਾਂ ਦੇ ਪੱਠੇ ਨਾ ਕਮਸ ਕਮ ਕਾਫੀ ਉਹ ਖਵਾਉਣ ਕਾਬਿਲ ਹੁੰਦੇ ਹਨ ਜਾਨਵਰਾਂ ਨੂੰ ਲੇਕਿਨ ਇਹ ਦੋ ਮਾਂ ਦੇ ਪੱਠੇ ਇਹ ਸੁੱਤੇ ਪੈ ਕੰਨਾਂ ਤੱਕ ਵੀ ਨਹੀਂ ਪਹੁੰਚਦੇ ਸਰਾਈ ਕੀ ਅਕਸਰ ਇਸਤੇਮਾਲ ਇਹ ਜ਼ਿਆਦਾ ਲਫ਼ਜ਼ ਕੀਤੇ ਵਹਿੰਦੇ ਤਾਂ ਅਕਸਰ ਇਹ ਲਫ਼ਜ਼ ਸੁਣਾਏ ਕਿ 16 12 ਦਾ ਜਿਹੜਾ ਫਸਲ ਹੈ ਉਹ ਇਤਨੀ ਪੈਦਾਵਾਰ ਨਹੀਂ ਹੁੰਦੀ जितनी डीजल दी है तो मैं तुसा दोस्तों नाल शेयर करा तो हम रहनी है अपनी अपनी अपना अपना इस चीज़ के बारे तजर्बा तुसा कमेंट के जरिए दसना है मेरे को कुछ आई मैं थोड़े तो नाल शेयर किया है मिलते हैं अगले विलाग के अंदर वालेकुम सलाम वरम